ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਮੂਹ ਸੰਗਤਾਂ ਜਿਸ ਪਾਵਨ ਸਥਾਨ ਦੇ ਦਰਸ਼ਨ ਕਰ ਰਹੇ ਹੋ, ਇਸ ਪਾਵਨ ਸਥਾਨ ਦਾ ਨਾਮ ਗੁਰਦੁਆਰਾ ਸ੍ਰੀ ਦੇਗਸਰ ਸਾਹਿਬ ਹੈ। ਇਸ ਪਾਵਨ ਸਥਾਨ 'ਤੇ 20 ਫੱਗਣ 1675 ਬਿਕਰਮੀ ਨੂੰ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ 'ਚੋਂ 52 ਰਾਜਿਆਂ ਨੂੰ ਰਿਹਾਅ ਕਰਵਾ ਕੇ ਸਤਿਗੁਰੂ ਜੀ ਜਦੋਂ ਅੰਮ੍ਰਿਤਸਰ ਸਾਹਿਬ ਜਾ ਰਹੇ ਸਨ ਅਤੇ ਰਸਤੇ 'ਚ ਮਹਾਰਾਜ ਨੇ ਇਸ ਸਥਾਨ 'ਤੇ ਆ ਕੇ ਪੜਾਅ ਕੀਤਾ ਸੀ। ਗੁਰੂ ਸਾਹਿਬ ਜੀ ਦੇ ਨਾਲ 1100 ਘੋੜਸਵਾਰ, 7 ਤੋਪਾਂ ਅਤੇ ਚੰਦੂ ਕੈਦੀ ਵੀ ਸੀ, ਜਿਹਨੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਸੀਸ ਪਰ ਰੇਤ ਪਵਾਇਆ ਸੀ। ਉਸ ਚੰਦੂ ਪਾਬੀ ਨੂੰ ਨੱਕ 'ਚ ਨਕੇਲ ਪਾ ਕੇ ਸਤਿਗੁਰੂ ਪਾਤਸ਼ਾਹ ਜੀ ਨਾਲ ਲੈ ਕੇ ਆਏ ਸਨ, ਕਿਉਂਕਿ ਉਹਨਾਂ ਨੂੰ ਅੰਮ੍ਰਿਤਸਰ ਲੈ ਕੇ ਜਾ ਰਹੇ ਸਨ ਅੱਗੇ। ਅਤੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਸ 7 ਤੋਪਾਂ ਸਨ ਅਤੇ 52 ਕਲੀਆਂ ਵਾਲਾ ਚੋਲਾ ਵੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ 20 ਫੱਗਣ ਨੂੰ ਇਸ ਸਥਾਨ 'ਤੇ ਪਹੁੰਚ ਕੇ ਪਾਵਨ ਚਰਨ ਪਾਏ, ਬੇਰੀ ਸਾਹਿਬ ਜੀ ਦੇ ਥੱਲੇ ਪਲੰਘ ਢਹਾ ਕੇ ਵਿਸ਼ਰਾਮ ਕੀਤਾ। ਅਗਲੇ ਦਿਨ ਮਹਾਰਾਜ ਜੀ ਨੇ ਚਾਲੇ ਪਾ ਦਿੱਤੇ। ਉਸ ਸਮੇਂ ਇਸ ਸਥਾਨ ਦਾ ਨਾਮ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਿਆ ਸੀ, ਪਰ ਸਮਾਂ ਪਾ ਕੇ ਫਿਰ ਅੱਗੇ ਸਾਧ ਸੰਗਤ ਜੀ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 1100-1700 ਬਿਕਰਮੀ ਨੂੰ 10ਵੇਂ ਪਾਤਸ਼ਾਹ ਜੀ ਉੱਚ ਦੇ ਪੀਰ ਬਣ ਕੇ ਗਣੀ ਖਾਂ ਨਬੀ ਖਾਂ ਦੇ ਨਾਲ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਜੀ ਦੇ ਨਾਲ ਇਸ ਸਥਾਨ 'ਤੇ ਪਹੁੰਚੇ ਸਨ। ਜੋ ਆਪ ਜੀ ਇਤਿਹਾਸਕ ਬੇਰੀ ਦੇ ਦਰਸ਼ਨ ਕਰਦੇ ਹੋਏ, ਇਸ ਬੇਰੀ ਹੇਠਾਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਪਲੰਘ ਰਖਵਾ ਕੇ ਵਿਸ਼ਰਾਮ ਕੀਤਾ ਸੀ ਇੱਕ ਰਾਤਰੀ ਦਾ। ਅਗਲੇ ਦਿਨ ਮਹਾਰਾਜ ਜੀਆਂ ਨੇ ਆਪਣੇ ਹੱਥੀਂ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਵਰਤਾਈ ਅਤੇ ਬਖਸ਼ਿਸ਼ਾਂ ਕੀਤੀਆਂ ਕਿ ਇਸ ਪਾਵਨ ਸਥਾਨ 'ਤੇ ਜੋ ਵੀ ਮਾਈ ਭਾਈ ਸ਼ਰਧਾ ਦੇ ਨਾਲ ਆ ਕੇ ਅਰਦਾਸ ਬੇਨਤੀ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ ਕਰਾ ਕੇ ਅਰਦਾਸ ਕਰੇਗਾ ਜਾਂ ਕਰਵਾਏਗਾ, ਉਹਦੀ ਮਨ ਦੀ ਭਾਵਨਾ ਪੂਰੀ ਹੋ ਜਾਇਆ ਕਰੇਗੀ। ਇਸ ਤਰ੍ਹਾਂ ਇਸ ਸਥਾਨ ਦਾ ਨਾਮ ਦੇਗਸਰ ਸਾਹਿਬ ਪੈ ਗਿਆ। ਮੁੜ ਕੇ ਸਾਧ ਸੰਗਤ ਜੀ, ਜਦੋਂ 1854 ਈਸਵੀ ਦਾ ਸਮਾਂ ਆਇਆ, 1854 ਈਸਵੀ ਵੇਲੇ ਸਰਹੰਦ ਨਹਿਰ ਦਾ ਸਰਵੇ ਹੋਇਆ ਅਤੇ ਅੰਗਰੇਜ਼ ਅਫਸਰ ਮਿਸਟਰ ਸਮਿਥ ਜਿਹੜਾ ਸੀ ਉਹ ਇਸ ਸਥਾਨ ਦੇ ਵਿੱਚੋਂ ਦੀ ਨਹਿਰ ਲੰਘਾਉਣਾ ਚਾਹੁੰਦਾ ਸੀ। ਇਸ ਕਰਕੇ ਉਸਨੇ ਪਾਵਨ ਸਥਾਨ 'ਤੇ ਜਿਹੜਾ ਬੇਰੀ ਸਾਹਿਬ ਦਾ ਰੁੱਖ ਹੈ ਉਹਨੂੰ ਵੱਢਣ ਦੀ ਕੋਸ਼ਿਸ਼ ਕੀਤੀ। ਕੁਹਾੜੀ ਮਾਰੀ ਗਈ ਬੇਰੀ ਸਾਹਿਬ ਦੇ ਰੁੱਖ ਦੇ ਉੱਤੇ, ਜਿਹਦੇ ਨਾਲ ਸਾਧ ਸੰਗਤ ਜੀ ਉਹ ਮਿਸਟਰ ਸਮਿਥ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ। ਉਹ ਬਹੁਤ ਪਛਤਾਇਆ ਤਾਂ ਸੰਗਤਾਂ ਨੇ ਫਿਰ ਮਿਸਟਰ ਸਮਿਥ ਨੂੰ ਆਖਿਆ ਸੀ ਵੀ ਤੁਸੀਂ ਇਸ ਸਥਾਨ 'ਤੇ 51 ਰੁਪਏ ਦਾ ਪ੍ਰਸ਼ਾਦ ਕਰਾ ਕੇ ਅਰਦਾਸ ਕਰਾਓ, ਗੁਰੂ ਸਾਹਿਬ ਕਿਰਪਾ ਕਰਨਗੇ। ਫਿਰ ਉਸ ਅੰਗਰੇਜ਼ ਅਫਸਰ ਨੇ 51 ਰੁਪਏ ਦਾ ਪ੍ਰਸ਼ਾਦ ਕਰਾ ਕੇ ਅਰਦਾਸ ਬੇਨਤੀ ਕਰਵਾਈ ਅਤੇ ਉਹਦੀਆਂ ਅੱਖਾਂ ਦੀ ਰੋਸ਼ਨੀ ਵਾਪਸ ਆਈ ਸੀ। ਫਿਰ ਉਸ ਅੰਗਰੇਜ਼ ਅਫਸਰ ਨੇ ਇਸ ਸਥਾਨ ਨੂੰ ਜ਼ਰਾ ਵੀ ਨਾ ਛੇੜਿਆ, ਸਗੋਂ ਨਹਿਰ ਵਿੰਗੀ ਕਰਕੇ ਲੰਘਾਈ ਹੈ ਅਤੇ ਇਹ ਸਥਾਨ ਇਸੇ ਤਰ੍ਹਾਂ ਪੂਰੀ ਸ਼ਾਨੋ ਸ਼ੌਕਤ ਨਾਲ ਬਰਕਰਾਰ ਅਤੇ ਸੰਗਤਾਂ ਬਹੁਤ ਵੱਡੀ ਤਾਦਾਦ ਵਿੱਚ ਆਣ ਕੇ ਹਰ ਰੋਜ਼ ਹੀ ਸਤਿਗੁਰਾਂ ਦੇ ਚਰਨਾਂ ਪਾਸ ਪਹੁੰਚ ਕੇ ਹਾਜ਼ਰੀਆਂ ਭਰ ਕੇ ਨਤਮਸਤਕ ਹੋ ਕੇ ਲਾਹੇ ਪ੍ਰਾਪਤ ਕਰਦੀਆਂ ਨੇ। ਪਾਵਨ ਸਥਾਨਾਂ 'ਤੇ ਹਰ ਐਤਵਾਰ ਅਤੇ ਹਰ ਸੰਗਰਾਂਦ ਦੇ ਦਿਹਾੜੇ 'ਤੇ ਭਾਰੀ ਜੋੜ ਮੇਲਾ ਲੱਗਦਾ ਹੈ। ਪੰਥ ਪ੍ਰਸਿੱਧ ਘਟਾਡੀ ਜਿੱਥੇ ਖੁਸ਼ੀ ਜਿੱਥੇ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਨਿਹਾਲ ਕਰਦੇ ਨੇ ਅਤੇ ਸਾਧ ਸੰਗਤ ਦੀ ਹਰ ਸੰਗਰਾਂਦ ਦੇ ਦਿਹਾੜੇ 'ਤੇ ਅੰਮ੍ਰਿਤ ਸੰਚਾਰ ਕਰਾਇਆ ਜਾਂਦਾ ਹੈ ਪਾਵਨ ਸਥਾਨਾਂ 'ਤੇ। ਤੋ ਸੰਗਤਾਂ ਬਹੁਤ ਸੱਚਾ ਦੇ ਨਾਲ ਹਾਜ਼ਰੀਆਂ ਭਰ ਕੇ ਦਰਸ਼ਨ ਕਰਕੇ ਲਾਹੇ ਪ੍ਰਾਪਤ ਕਰ ਰਹੇ ਨੇ। ਪਾਵਨ ਸਥਾਨ 'ਤੇ ਚੱਲ ਰਹੀ ਕਾਰ ਸੇਵਾ, ਬਾਬਾ ਲਖਵੀਰ ਸਿੰਘ ਜੀ ਜੋ ਕਿ ਕਾਰ ਸੇਵਾ
ਚਲਵਾ ਰਹੇ ਹਨ, ਉਹ ਵੀ ਇਸ ਪਾਵਨ ਸਥਾਨ ਅਤੇ ਸੇਵਾ ਨਿਭਾ ਰਹੇ ਨੇ। ਬਾਕੀ ਇਸ ਗੁਰਦੁਆਰਾ ਸਾਹਿਬ ਦਾ ਪੂਰਾ ਪ੍ਰਬੰਧ ਸ਼੍ਰੋਮਣੀ ਕਮੇਟੀ ਗੁਰਦੁਆਰਾ ਸ੍ਰੀ ਅੰਮ੍ਰਿਤਸਰ ਸਾਹਿਬ ਉਹਨਾਂ ਦੇ ਅਧੀਨ ਚੱਲ ਰਿਹਾ ਹੈ। ਮੈਨੇਜਰ ਸਾਹਿਬਾਨ ਸਰਦਾਰ ਨਰਿੰਦਰਜੀਤ ਸਿੰਘ ਜੀ ਜਿਹੜੇ ਇੱਥੋਂ ਦੇ ਮੁੱਖ ਸੇਵਾਦਾਰ ਮੈਨੇਜਰ ਹਨ। ਇਸ ਤਰ੍ਹਾਂ ਸਾਧ ਸੰਗਤ ਜੀ ਪਾਵਨ ਸਥਾਨ ਅਤੇ ਸਤਿਗੁਰਾਂ ਦੀ ਬਖਸ਼ਿਸ਼ਾਂ ਸਦਕਾ ਬਹੁਤ ਉਤਸ਼ਾਹ ਅਤੇ ਆਨੰਦ ਦੇ ਨਾਲ ਸੰਗਤਾਂ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਨੇ ਜੀ। ਸੰਗਤ ਜੀ, ਜੇਕਰ ਆਪ ਜੀਆਂ ਨੇ ਇਸ ਪਾਵਨ ਸਥਾਨ ਦਰਸ਼ਨ ਕਰਨ ਆਉਣਾ ਹੈ, ਇਹ ਪਾਵਨ ਸਥਾਨ ਜਿਹਦਾ ਨਾਮ ਗੁਰਦੁਆਰਾ ਸ੍ਰੀ ਦੇਗਸਰ ਸਾਹਿਬ ਨਗਰ ਕਟਾਣਾ ਸਾਹਿਬ ਹੈ। ਇਹ ਪਾਵਨ ਸਥਾਨ ਜਦੋਂ ਆਪਾਂ ਦਰਾਹੇ ਆਈਏ, ਦਰਾਹੇ ਤੋਂ ਆਪਾਂ ਮਾਛੀਵਾੜਾ ਸਾਹਿਬ ਜਾਈਏ ਅਤੇ ਨਹਿਰ ਦੇ ਉੱਤੇ ਹੀ ਦਰਾਹੇ ਤੋਂ 3-4 ਕਿਲੋਮੀਟਰ ਦੀ ਦੂਰੀ 'ਤੇ ਸਥਾਨ ਬਣਿਆ ਹੋਇਆ ਹੈ। ਜੇ ਲੁਧਿਆਣੇ ਤੋਂ ਚੰਡੀਗੜ੍ਹ ਰੋਡ 'ਤੇ ਜਾਈਏ, ਚੰਡੀਗੜ੍ਹ ਵਾਲੇ ਪਾਸੇ ਜਾਈਏ, ਤਦ ਲੁਧਿਆਣੇ ਤੋਂ ਚੱਲੀਏ ਤਾਂ ਸਾਧ ਸੰਗਤ ਰਸਤੇ 'ਚ ਕਟਾਣੀ ਪਿੰਡ ਆਉਂਦਾ ਹੈ। ਉੱਥੋਂ 2 ਕਿਲੋਮੀਟਰ ਦੀ ਦੂਰੀ 'ਤੇ ਹੀ ਪਾਵਨ ਸਥਾਨ ਬਣਿਆ ਹੈ। ਇਸ ਤਰ੍ਹਾਂ ਲੁਧਿਆਣਾ ਜ਼ਿਲ੍ਹਾ ਦੇ ਬਹੁਤ ਨੇੜੇ ਹੈ, ਬਾਕੀ ਸਮਰਾਲੇ ਦੇ ਨੇੜੇ ਹੈ, ਮਾਛੀਵਾੜਾ ਸਾਹਿਬ ਦੇ ਨੇੜੇ ਸਥਾਨ ਵਿਚਕਾਰ ਨੀਲੋ ਪੁੱਲ ਜਿਹੜਾ ਬਹੁਤ ਮਸ਼ਹੂਰ, ਨੀਲੋ ਪੁੱਲ ਦੇ ਲਾਗੇ ਇਹ ਪਾਵਨ ਸਥਾਨ ਬਣਿਆ ਸਤਿਗੁਰਾਂ ਦੀ ਕਿਰਪਾ ਸਦਕਾ। ਸੋ ਸਾਧ ਸੰਗਤ ਦਰਸ਼ਨ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।